ਚਲੋ ਆਹ ਹੱਸ ਵੀ ਮੈਂ ਵੀ ਝੂਠੀ ਮੇਰਾ ਨਾਂ ਝੂਠੀ ਹੈ ਕਿ ਹੋ ਰਹੀ ਕਿੰਨੇ ਹੱਸਾ ਪਾਇਆ ਸੁਣ ਲਓ ਗੱਲ ਹਾਂਜੀ ਸੁਣਾ ਸਾਹਮਣੇ ਆਓ ਹਾਂਜੀ ਹਾਂਜੀ ਦੱਸੋ ਸਾਰਾ ਹੱਸਾਂਦਾ ਮੈਂ ਹੱਸੀ ਨਹੀਂ ਇਹ ਹੱਸੇ ਮੈਂ ਤੇ ਕਿਹਾ ਵੀ ਮੈਂ ਸਾਰਾ ਮਾਰਨਾ ਸਾਰਾ ਐਪੀਸੋਡ ਤਾਂ ਸਹੀ ਗਾੜੀ ਉਹ ਰੈੱਡ ਲਾਈਟ ਵਾਲਾ ਨਹੀਂ ਹੈਗਾ ਸ਼ਾਰਾ ਆਹੋ ਸਾਰਾ ਹੀ ਮਾਰਨਾ ਹੈਲਾ ਪੱਖਾ ਚਲਾ ਦੋ ਮੈਨੂੰ ਨੀਂਦ ਪੂਰੀ ਕਰ ਲੈਣ ਦੋ ਕਰਦੇ ਆ ਨਾਲੇ ਮੈਨੂੰ ਗੱਲ ਦੱਸ ਇੱਕ ਕਿ ਜਿਹੜੀ ਦਵਾਈ ਖਾਣ ਡਈ ਉਹਦੇ ਨਾਲ ਕੋਈ ਫਰਕ ਫੁਰਕ ਹੈ ਕਿ ਨਹੀਂ ਕੋਈ ਵੀ ਨੀ ਫਰਕ ਹੈਗਾ ਮਾਸਾ ਜਿੰਨਾ ਨੀ ਫਰਕ ਪੈਣ ਡਿਆ ਨਹੀਂ ਹੈਗਾ ਕੋਈ ਨੀ ਫਰਕ ਹੈਗਾ ਜੇ ਅੰਦਰ ਗਈ ਤੇ ਇਹਦਾ ਹਾਲ ਚਾਲ ਤੇ ਪੁੱਛਣਾ ਹੀ ਪੈਣਾ ਹਨਾ ਇਹਨੇ ਤਾਂ ਸਗੋਂ ਭਾਰਾਂ ਤੇ ਪੈਣਾ ਹਨਾ ਜਿਹੜਾ ਇਹਦੇ ਮਨ ਚ ਮੇਰਾ ਡਰ ਵਾ ਇਹਦਾ ਉਹ ਵੀ ਲੱਤ ਜਾਣਾ ਮਾੜਾ ਮੋਟਾ ਡਰ ਹੈਗਾ ਉਹ ਵੀ ਲੱਤ ਜਾਣਾ ਵਾ ਖਲੋ ਜਾ ਅੰਦਰ ਨਾ ਹੀ ਜਾਵਾਂ ਤੇ ਚੰਗੀ ਗੱਲ ਆ ਇਹਨੇ ਤੇ ਭਾਰਾਂ ਤੇ ਹੀ ਪੈਣਾ ਹਨਾ ਇੱਦਾਂ ਹੀ ਆ ਨਾ ਹਾਲ ਚਾਲ ਪੁੱਛਣਾ ਪੈਣਾ ਵਾ ਇਹਨੇ ਸਗੋਂ ਭਾਰਾਂ ਤੇ ਪੈਣਾ ਵਾ ਚੱਲ 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 ਮੈਨੂੰ ਸਗੋਂ ਨੀ ਇਹਨੇ ਆਪਣੀ ਗਲਤੀ ਮੰਨੀ ਸਗੋਂ ਭਾਰਾਂ ਤੇ ਪੈਣ ਚੱਲ ਕਰ ਪੋਤਾ ਜਾ ਅੰਦਰ ਹੀ ਹੋਏ ਉਹਨੂੰ ਚੈੱਕ ਕਰ ਜਾ ਕੇ ਚੰਗਾ ਤੇ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਂਦੀ ਆ ਮੰਮੀ ਇਹ ਕੌਣ ਆ ਇਹ ਡਾਕਟਰ ਦੀ ਨਿੱਕੀ ਭੈਣ ਆ ਹੁਣੇ ਹੁਣੇ ਕੋਰਸ ਕਰਕੇ ਆਈ ਆ ਬੜੀ ਸਿਆਣੀ ਕੁੜੀ ਆ ਹੁਣੇ ਹੁਣੇ ਨਹੀਂ ਨਹੀਂ ਪੀ ਇਹ ਡਾਕਟਰ ਦੀ ਨਿੱਕੀ ਭੈਣ ਆ ਫੇਰ ਤੂੰ ਕਿਹੜਾ ਕੋਰਸ ਹੁਣੇ ਹੁਣੇ ਨਹੀਂ ਆਖਣਾ ਵੀ ਇਹਨੇ ਹੁਣੇ ਮਤਲਬ ਕਿ ਥੋੜੇ ਕਿਤਨੇ ਹੋਏ ਆ ਕੋਰਸ ਕਰਕੇ ਤੇ ਵਾਪਸ ਆਪਣੇ ਘਰ ਆਈ ਆ ਤੂੰ ਨਹੀਂ ਨਹੀਂ ਉਤਰੀ ਨਹੀਂ ਨਹੀਂ ਤੂੰ ਅੱਗੋ ਤੂੰ ਮੈਨੂੰ ਕੋਈ ਗੱਲ ਪੁੱਛਣੀ ਫੇਰ ਮੈਂ ਕਿਹਾ ਕਿਹਾ ਵੀ ਮੰਮੀ ਇਹ ਕੌਣ ਆ ਤੇ ਮੈਂ ਨਾ ਡਾਕਟਰ ਦੀ ਨਿੱਕੀ ਭੈਣ ਆ ਨਿੱਕੀ ਭੈਣ ਆ ਤੇ ਮੈਂ ਤੇ ਤੁਸੀਂ ਤੇ ਡਾਕਟਰ ਨੂੰ ਲੈਣ ਗਏ ਤੁਸੀਂ ਆਖਣਾ ਵੀ ਇਹ ਡਾਕਟਰ ਘਰ ਹੈ ਨਹੀਂ ਤੇ ਇਹ ਵੀ ਡਾਕਟਰ ਦੀ ਭੈਣ ਆ ਇਹਨੇ ਵੀ ਕੋਰਸ ਕੀਤੇ ਥੋੜੇ ਕਿ ਦਿਨ ਹੋ ਗਏ ਆਪਣੇ ਘਰ ਆਈਏ ਕੋਰਸ ਕਰਕੇ ਆਪਣੇ ਘਰ ਆਈ ਹੈ ਆਹੋ ਇਹਨੇ ਬੜਾ ਵੱਡਾ ਕੋਰਸ ਕੀਤਾ ਲੈ ਬੀਬੀ ਜੀ ਘਰ ਨੀਲ ਮਸ਼ੀਨ ਦੇ ਸੈੱਲ ਪਾਏ ਨਹੀਂ ਦੱਸਿਆ ਕਿਹੜਾ ਹਾਂਜੀ ਡਾਕਟਰ ਲਈ ਲਿਆਂਦਾ ਤੁਸੀਂ ਪੀਣਾ ਤੁਸੀਂ ਪੀ ਲਓ ਡਾਕਟਰ ਲਈ ਹੋਰ ਆਜੂਗਾ ਮੈਨੂੰ ਪ੍ਰੀਤ ਦੇ ਸਰਾਣੇ ਆਇਆ ਬਾਹਰ ਆ ਜਿੱਦਾਂ ਇੱਧਰਲੇ ਬੰਦੇ ਤਾਰ ਕਰਕੇ
ਬਸ ਇਦਾਂ ਲਾ ਦੇਣਾ, ਠੀਕ ਆ ਤੂੰ ਕਰ ਦੇਣਾ ਬਸ, ਆਪੇ ਚੱਲ ਪੈਣਾ ਉਹਨੇ ਆਪੇ। ਉਹ ਲੈਣ ਤਾਂ ਜੀ ਤਾਣੇ, ਤੁਸੀਂ ਹੋਰ ਲਿਆਓ ਫਿਰ ਪਾ ਲਿਆਓ ਓਦਾਂ। ਕੀ ਕਰੀਏ ਡਾਕਟਰ ਨੂੰ ਤਲੀਮ ਆਪ ਦੇਣੀ ਪੈਣ ਡੀ ਆ ਤੇ ਕੀ ਕਰੀਏ। ਪ੍ਰੀਤੀ ਤੂੰ ਡਾਕਟਰ ਨੂੰ ਕਹੀ ਪਹਿਲਾਂ ਡਾਕਟਰ ਸਾਹਿਬ ਆਪ ਤਾਕਤ ਦੀਆਂ ਦਵਾਈਆਂ ਖਾਓ, ਤੁਸੀਂ ਮੈਨੂੰ ਕਮਜ਼ੋਰ ਜੇ ਲੱਗਣ ਡੇ ਜੇ, ਠੀਕ ਆ ਡਾਕਟਰ ਰਾਣੀ ਗਾੜੀਓ ਕਹੋ ਕਿ ਮੈਂ ਕਮਜ਼ੋਰ ਨੀ ਮੈਂ ਪੂਰੀ ਫਿੱਟ ਫਾਟ ਆ। ਕਿਹੜੀ ਦੀਪਾ ਕਹਿੰਦਾ ਮਨੀ ਮਨੀ ਉੱਤੇ ਆ ਜਾ ਕੇ ਤੇਰੀ ਚਾਚੀ ਨੀ ਜਿਆਦਾ ਠੀਕ ਤੇ ਉਹਨੂੰ ਨਾ ਚੈੱਕ ਕਰ ਆ ਕੇ ਚੈੱਕ ਕਰਕੇ ਤੇ ਟੀਕਾ ਲਾਈ ਉਹਨੂੰ ਚਾਚੀ ਆਪਣੀ ਨੂੰ ਗਈ ਸੁੱਤੀ ਉੱਤੀ ਗਈ ਉਹ ਆਪ ਡਿੱਗ ਪਈ ਉਹਦੇ ਉੱਤੇ ਕਹਿੰਦਾ ਭਾਬੀ ਜੀ ਛੇਤੀ ਆਓ ਛੇਤੀ ਆਓ ਮੈਂ ਕੀ ਹੋ ਗਿਆ ਕਿਹੜੀ ਨੇਰੀ ਆ ਗਈ ਆ ਮੈਡਮ ਕਸ਼ਮੀਰ ਉਹ ਕਹਿੰਦੇ ਹੈਗਾ ਕੋਈ ਇਹਦਾ ਭੈਣ ਭਰਾ ਮੈਂ ਉੱਠ ਖਲੋਤਾ ਮੈਂ ਹਾਂਜੀ ਮੈਡਮ ਜੀ ਲੈ ਜਾ ਕਹਿੰਦੇ ਇਹਨੂੰ ਘਰ ਚਾਹਵਾਂ ਪੀ ਪੀ ਕੇ ਆ ਜਾਂਦੀਆਂ ਵਾ ਸਹੀ ਗੱਲ ਆ ਉਹ ਚਲੋ ਉਹ ਕੰਮ ਨਾ ਹੋਵੇ ਡਾਕਟਰ ਸਾਹਿਬ ਅਜੇ ਮਾੜੇ ਆ ਚਲੋ ਟੀਕਾ ਲਾਉਣਾ ਲੈ ਆ ਤੂੰ ਸਰਿੰਜ ਡੰਗਰਾਂ ਵਾਲੀ ਰੱਖੀ ਵਿੱਚ ਦਿਖਾਈ ਮਾੜਾ ਯਾਰ ਡੰਗਰਾਲੀ ਸੂਈ ਨਾ ਪ੍ਰੀਤ ਤੈਨੂੰ ਟੀਕਾ ਲੱਗੀ ਲਾਉਂਦੀ ਚੱਲ ਤੁਸੀਂ ਰਹਿਣ ਦਿਓ ਵਿੱਚ ਨਾ ਕੱਢ ਲਿਓ ਤਾਂ ਸਰਿੰਜ ਇੱਥੇ ਰੱਖ ਲਿਓ ਲਾਗੇ ਤੇ ਬਾਹ ਇੰਨਾ ਕਿ ਸੀਨ ਬਣਾ ਦੂਰੋਂ ਨਹੀਂ ਦੂਰੋਂ ਨੀ ਲੱਗਦਾ ਪਹਿਲਾਂ ਜੀਤਾਂ ਲਾ ਦੋ ਟਿੱਕੇ ਇਹਦੇ ਨਾਲ ਚਲੋ ਚਲੋ ਠੀਕ ਆ ਬਾਬਾ ਹੱਥ ਚ ਨਾ ਮਰਾ ਲਿਓ ਠੀਕ ਆ ਠੀਕ ਆ ਕੋਈ ਨੀ ਕਰ ਲੈਂਦੇ ਆ ਚਲੋ ਚਲੋ ਸਰਚੋ ਜੀਤਾਂ ਤਾਂ ਕਰ ਦਿੰਦੀ ਵੱਡੇ ਵੱਡੇ ਡਾਕਟਰ ਫੇਲ ਪਹਿਲਾਂ ਕੀਤਾ ਇਹਨੇ ਤੇਰਾ ਪਾਰਲਰ ਫੇਲ ਹੁਣ ਕਰੂਗੀ ਡਾਕਟਰਾਂ ਨੂੰ ਫੇਲ ਡਾਕਟਰ ਫੇਲ ਕਰ ਦੇਣੀ ਹੈ ਹੁਣ ਕਿਉਂ ਜੀਤਾਂ ਚੱਲ ਠੀਕ ਆ ਗੰਡ ਉਹਨੂੰ ਮਾਰ ਲੈਣ ਦੋ ਡਾਕਟਰ ਨੂੰ ਉਹ ਵੀ ਵਿਚਾਰੀ ਆਈ ਡਾਕਟਰ ਬਣ ਗਈ ਆਲੇ ਗੰਡ ਮਾਰ ਦੇ ਇਦਾਂ ਚੱਲ ਚੱਲ ਚਲੋ ਆ ਟੀਕਾ ਹੁਣ ਮੈਂ ਲਾਤਾ ਜੇ ਤੇ ਟੀਕਾ ਹੁਣ ਮੈਂ ਲਾਤਾ ਹੁਣ ਇਹਨੂੰ ਰੈਸਟ ਕਰ ਲਾਂ ਦੋ 2 ਘੰਟੇ ਬਾਅਦ ਆ ਇੱਕ ਇੱਕ ਗੋਲੀ ਸਾਰਾਂ ਚ ਦੇਣੀ ਆ ਫਿਰ 2 ਘੰਟੇ ਬਾਅਦ ਇੱਕ ਹੈਨੀ ਨਾ ਕੋ ਗੱਲ ਨਹੀਂ ਬਣਨੀ ਕਿਹੜੀ ਕਦੀ ਵੀ ਗੱਲ ਬਣਾ ਸਕਦੀ ਆ ਪਹਿਲਾਂ ਮੋਟਰ ਦੀ ਬੈਲ ਤੇ ਹੁਣ ਕਿਹੜਾ ਆ ਗਿਆ ਸ਼ਖਸ ਕੈਮਰੇ ਗਾੜੀ ਆਹੋ
ਕਿਦਾਂ ਹੀ ਕਰਨ ਡਿਆ ਜੇ ਕੈਮਰੇ ਸੀਨ ਬਣਾ ਲੈਣੀ ਚ।